ਤੇ ਮੁੰਜੀ ਨਹੀਂ ਚਾਹ ਸਕਦੇ ਮਤਲਬ ਇਹਨੇ ਅਕਬਰ ਅਕਬਰ ਕਹਿੰਦੇ ਇਹਦੇ ਵਿੱਚ ਮੁੰਜੀ ਨਹੀਂ ਚਾਹ ਸਕਦੇ ਤਾਂ ਜੀ ਅਸੀਂ ਬਾਬਾ ਜੀ ਸਰਕਾਰ ਦੇ ਡੇਰੇ 'ਤੇ ਆ ਗਏ ਹਾਂ ਅਤੇ ਬਾਬਾ ਜੀ ਸਰਕਾਰ ਨੂੰ ਅਸੀਂ ਪੁੱਛਿਆ ਬਾਬਾ ਜੀ ਸਰਕਾਰ ਹੁਕਮ ਕਰੋ ਕੀ ਚੀਜ਼ ਖਾਓ ਕਿ ਤੁਹਾਡੇ ਪਾਸ ਲੈ ਕੇ ਆਈਏ ਉਹਨਾਂ ਨੇ ਕਿਹਾ ਉਜਰ ਨਾ ਕਰ ਫਿਕਰ ਕਰ ਉਜਰ ਨਾ ਕਰ ਫਿਕਰ ਕਰ ਜੋ ਲੱਭੇ ਉਹ ਰੱਬ ਦੀ ਰਜ਼ਾ 'ਤੇ ਰਾਜ਼ੀ ਹੈ ਉਹਦਾ ਮਕਸਦ ਗੱਲ ਕਹਿੰਦਾ ਸਿਰਫ ਇਹ ਹੈ ਫਿਕਰ ਉਜਰ ਨਾ ਕਰ ਫਿਕਰ ਕਰ ਮਕਸਦ ਕੀ ਹੈ ਕਿ ਰੱਬ ਦੀ ਰਜ਼ਾ 'ਤੇ ਰਾਜ਼ੀ ਰਹਿ ਜੋ ਮਿਲਦਾ ਉਹਨੂੰ ਬਾਬਾ ਸਰਕਾਰ ਜਨਾਬ ਦੇਖੋ ਚਾਹ ਬਣਾ ਰਹੇ ਨੇ ਸਾਡੇ ਵਾਸਤੇ ਅਤੇ ਉਹ ਅੱਗ ਚੱਲ ਰਹੀ ਹੈ ਉੱਥੇ ਚਾਹ ਬਲ ਰਹੀ ਹੈ ਦੇਸੀ ਅੰਦਾਜ਼ ਦੇ ਵਿੱਚ ਅਤੇ ਇਹ ਚਾਹ ਜਦੋਂ ਜਨਾਬ ਬਣੇਗੀ ਫਿਰ ਪੀਵਾਂਗੇ ਇਹਦਾ ਟੇਸਟ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਆਏਗਾ ਇਹ ਬਾਬਾ ਜੀ ਸਰਕਾਰ ਦਾ ਡੇਰਾ ਜੀ ਅਤੇ ਇੱਥੇ ਹੀ ਆਪਣੀ ਜ਼ਿੰਦਗੀ ਗੁਜ਼ਾਰ ਛੱਡੀ ਇਹਨਾਂ ਨੇ ਤੋ ਬੜਾ ਬੜਾ ਮੈਸੇਜ ਦਿੱਤਾ ਬਾਬਾ ਜੀ ਸਰਕਾਰ ਨੇ ਲੋਕਾਂ ਤੱਕ ਔਰ ਜਿਨ੍ਹਾਂ ਨੇ ਅਮਲ ਕੀਤਾ ਜਿਨ੍ਹਾਂ ਨੇ ਉੱਥੇ ਰੋਸ਼ਨੀ ਪਾਈ ਹੈ ਜਿਨ੍ਹਾਂ ਨੇ ਹਾਸਿਲ ਕਰ ਲਿਆ ਉਹਨਾਂ ਨੇ ਫਲਾਹ ਪਾ ਲਈ ਕਾਮਯਾਬੀ ਪਾ ਲਈ ਹੈ ਅਤੇ ਜਿਨ੍ਹਾਂ ਨੇ ਇੱਕ ਆਮ ਆਦਮੀ ਸਮਝਿਆ ਉਹਨਾਂ ਨੇ ਨਾਕਾਮੀ ਹਾਸਿਲ ਕੀਤੀ ਹੈ ਇਹ ਮੈਸੇਜ ਹੈ ਬਾਬਾ ਜੀ ਸਰਕਾਰ ਦਾ ਲੋਕਾਂ ਤੱਕ